ਦੋਸਤੋ ਸਵਾਗਤ ਹੈ ਚੈਨਲ ਤੇ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲੈ। ਤਾਂ ਦੇਖੋ ਜੀ ਤੁਹਾਨੂੰ ਪਤਾ ਲੱਗ ਗਿਆ ਹੈ ਕਿ 22/5/2022 ਨੂੰ ਇਹਨਾਂ ਦਾ ਪੇਪਰ ਹੈ ਨਾ ਤਹਿਸੀਲਦਾਰਤੀਆਂ ਜਿਹੜੀਆਂ ਆਪਣੇ ਕੋਲ 78 ਵੈਕੈਂਸੀ ਸੀ। ਤਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਹ 12 ਵਜੇ ਤੋਂ ਲੈ ਕੇ 2 ਵਜੇ ਤੱਕ ਪੇਪਰ ਹੋਏਗਾ। ਤੇ ਇਹ ਹੋਣਾ ਕਿੱਥੇ ਹੈ ਇੱਕ ਇਹਦਾ ਸੈਂਟਰ ਚੰਡੀਗੜ੍ਹ, ਮੁਹਾਲੀ, ਸੰਗਰੂਰ, ਫਤਿਹਗੜ੍ਹ ਸਾਹਿਬ ਔਰ ਪਟਿਆਲਾ। ਬਸ ਇਹਨਾਂ ਪੰਜ ਸ਼ਹਿਰਾਂ ਦੇ ਵਿੱਚ ਹੀ ਪੇਪਰ ਹੋਣਾ ਹੈ ਹੋਰ ਕਿਤੇ ਵੀ ਨਹੀਂ ਹੋਣਾ ਤੇ ਜਿਹੜੇ ਆਪਣੇ ਐਡਮਿਟ ਕਾਰਡ ਨੇ ਉਹ 5 ਤਰੀਕ ਨੂੰ ਆ ਜਾਣਗੇ ਤੇ ਆਪਾਂ ਉਹ ਲਿੰਕ ਤੋਂ ਡਾਊਨਲੋਡ ਕਰ ਸਕਦੇ ਹਾਂ ਤੇ ਉਹ ਵੀ ਤੁਹਾਨੂੰ ਦੱਸ ਦਿੱਤਾ ਜਾਏਗਾ ਠੀਕ ਹੈ ਜੀ ਤਾਂ ਹੋਰ ਇਨਫੋਰਮੇਸ਼ਨ ਲੈਣ ਦੇ ਲਈ ਤੁਸੀਂ ਕਮੈਂਟ ਕਰ ਸਕਦੇ ਹੋ ਜੇਕਰ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਐਗਜ਼ਾਮ ਦੇ ਰਿਗਾਰਡਿੰਗ ਚਾਹੀਦੀ ਹੋਵੇ ਤਾਂ ਤੇ ਜੇਕਰ ਜੋਬਸ ਦੀ ਅਪਡੇਟ ਲੈਣੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਜੀ ਇਨ ਪੰਜ ਸ਼ਹਿਰਾਂ ਦੇ ਵਿੱਚ ਹੀ ਪੇਪਰ ਹੋਣਾ ਹੈ ਹੋਰ ਕਿਤੇ ਵੀ ਨਹੀਂ ਹੋਣਾ ਤੇ ਜਿਹੜੇ ਆਪਣੇ ਐਡਮਿਟ ਕਾਰਡ ਨੇ ਉਹ 5 ਤਰੀਕ ਨੂੰ ਆ ਜਾਣਗੇ ਤੇ ਆਪਾਂ ਉਹ ਲਿੰਕ ਤੋਂ ਡਾਊਨਲੋਡ ਕਰ ਸਕਦੇ ਹਾਂ ਤੇ ਉਹ ਵੀ ਤੁਹਾਨੂੰ ਦੱਸ ਦਿੱਤਾ ਜਾਏਗਾ ਠੀਕ ਹੈ ਜੀ ਤਾਂ ਹੋਰ ਇਨਫੋਰਮੇਸ਼ਨ ਲੈਣ ਦੇ ਲਈ ਤੁਸੀਂ ਕਮੈਂਟ ਕਰ ਸਕਦੇ ਹੋ ਜੇਕਰ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਐਗਜ਼ਾਮ ਦੇ ਰਿਗਾਰਡਿੰਗ ਚਾਹੀਦੀ ਹੋਵੇ